वाहगुरु जी का चड्डा कादी फतेह 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 कादी वीडियो आ मेरी है गुरजंट सिंह वास्ते तेनू रिप्लाई है तू जेड़ा दूजे दिन उठ के तू लचरता लचरता करना साडे बब्बू मान बाई नू बोलदा सॉरी सॉरी गुरु बब्बू मान नू बोलदा तू है की ओए है की साडा गुरु है बब्बू मान गुरु की लचरता लाना की माप दे जवाब बाई दा मापदंड दे दस की मापदंड यार लोग वेस्टनाइजेशन अपना रहे ने अपने इत्थे वेस्टर्न इत्थे लोग अपने धिया भैन साडे इत्थे वेस्टनाइजेशन कर आस्ट्रेलिया च रह रहा मैं इत्थे वेस्टनाइजेशन है इत्थे धिया अपने व्याह तो पहला रहिंदियां ने अपने बॉयफ्रेंडा दे नाल असी भी करना इदा वेस्टनाइजेशन अपनाउणी है असी क्यों अपनाई है इत मां प्यो धक्का मार दें 16 साल के बाद कोई पुछता नहीं वधिया कोई टेंशन नहीं लैनी किसी लैनी देनी अपनावांगे असीं वेस्टनाइजेशन क्यों नहीं अपनाउणी कोई संग नहीं भावे इत कोई शर्म नहीं वेस्टनाइजेशन हुई तो होंगी है वेस्टनाइजेशन का मतलब आ थोड़ी है भी तुसीं अपनी अपनी सोच सुधारो कुड़ियां नूं इक्को हक दो सिर्फ वेस्टनाइजेशन का मतलब है कि आप सिर्फ एक चीज सीखनी है भी कुड़ियां घट कपड़े पहन आशकी मारन मुंडे कुड़ियां सिर्फ वेस्टनाइजेशन आए और कोई वेस्टनाइजेशन नहीं है नाले तेरा गुरु कहिंदा होना है कि इज्जतां बचाओ साडा गुरु नहीं कहिंदा साडा गुरु सानू की सिखांदा है गब्बरू ने चौण गोरियां वीक एंड ते क्लब विच जाके किड्डी सिरा गल करदा गुरु साडा गोरियां नचाउणियां ही ते तुसीं बचांदे होणगे सिंघ 12 बजे जाके धीआं भैणां किसे दीआं अही ते की करना है पहला पैग ला के पावां अखां विच अखां दूजा पैग ला के हथ काल जे ते रखां तीजा पैग ला के गल बात करनी चौथा पैग ला के तेरी बांह फड़नी बांहां फड़नियां ही ते लाला जोर जिहड़ा तूं ला सकना है समझ गया गल पले पाला तेरा है तू है पागल गुरजंट सिंह तू पागल है तू एक पागल तो वध कुछ नहीं हैगा तू गुरु दा सिद्धांत असीं मन्नदे ही नहीं गुरु नूं गुरु मन्नदे ही नहीं असीं सरदार ही हां भावें तेरा गुरु कहिंदा भी मैनूं सरदार मैं उहनूं सिख मन्नदा ही नहीं जिहड़ा दाड़ी केस पग ककारां तों बिना मैं उहनूं सिख नहीं मन्नदा तेरा गुरु कहिंदा है ਅਹੀ ਸਾਡੀਆਂ ਸਰਦਾਰੀਆਂ ਕਾਇਮ ਨੇ ਤੇਰਾ ਗੁਰੂ ਤੇਰੇ ਗੁਰੂ ਤੁਸੀਂ ਕੀ ਲੈਣਾ ਬਈ ਬੱਬੂ ਮਾਨ ਠੀਕ ਨਾ ਬੱਬੂ ਮਾਨ ਹੈ ਸਭ ਕੁਛ ਇਵੇਂ ਤੂੰ ਲੱਗਾ ਲੱਗ ਜਾਂਦਾ ਬੋਲਣ ਭੌਂਕਣ ਲੱਗ ਜਾਂਦਾ ਲੱਚਰਦਾ ਯਾਰ ਸਾਡੀਆਂ ਧੀਆਂ ਭੈਣਾਂ ਵੱਲ ਕੋਈ ਅੱਖ ਨਹੀਂ ਚੁੱਕ ਸਕਦਾ ਜਿਹੜੀ ਮੇਰੀ ਆਪਣੀ ਧੀ ਭੈਣ ਹੋਏਗੀ ਨਾ ਜੇ ਮੇਰੀ ਧੀ ਹੋਏਗੀ ਉਹਦੇ ਵੱਲ ਮੈਂ ਕਿਸੇ ਨੂੰ ਵੇਖਣ ਨਹੀਂ ਦੇਣਾ ਪਰ ਦੂਜਿਆਂ ਦੀਆਂ ਕੋਈ ਚੱਕਰ ਹੀ ਨਹੀਂ ਹੈਗਾ ਕਿਵੇਂ ਮਰਜ਼ੀ ਵੇਖੋ ਮਾੜੀ ਨਜ਼ਰ ਪਾਓ ਦੂਜੇ ਦੀਆਂ ਸਾਡਾ ਗੁਰੂ ਸਿਖਾਉਂਦਾ ਸਾਨੂੰ ਜੋ ਸਿਖਾਉਂਦਾ ਸੀ ਉਹ ਕਰਨਾ ਤੇਰੇ ਗੁਰੂ ਤੋਂ ਅਸੀਂ ਕੀ ਲੈਣਾ ਤੇਰਾ ਗੁਰੂ ਤੇ ਮਰਨਾ ਸਿਖਾਉਂਦਾ ਤੇਰਾ ਗੁਰੂ ਤੋਂ ਸਿਖਾਉਂਦਾ ਵੀ ਦੂਜੇ ਵਾਲੀ ਮਰੋ ਆ ਕਿਹੋ ਜਿਹਾ ਇੱਥੇ ਇਹ ਵੈਸਟਨਾਈਜੇਸ਼ਨ ਚ ਇੱਕ ਘਰ ਦੂਜੇ ਘਰ ਤੇ ਪਤਾ ਨਹੀਂ ਹੁੰਦਾ ਕੌਣ ਰਹਿੰਦਾ ਪੈ ਨਜ਼ਾਰਾ ਨੀ ਤੇਰਾ ਗੁਰੂ ਤੇ ਆਉਂਦਾ ਵੀ ਕਿਸੇ ਨੂੰ ਮਰਦਾ ਹੋਏ ਨੂੰ ਬਚਾਓ ਕਿਸੇ ਤੇ ਕੋਈ ਜ਼ੋਰ ਜ਼ਬਰਦਸਤੀ ਕਰਦਾ ਬਚਾਓ ਤੇਰੇ ਗੁਰੂ ਨੇ ਤਾਂ ਸਿਧਾਂਤ ਇਹੋ ਜਿਹੇ ਬਣਾਏ ਨੇ ਜਿਹੜੇ ਮੰਨਣ ਯੋਗ ਹੀ ਨਹੀਂ ਗਲਤ ਸਿਧਾਂਤ ਨੇ ਤੇਰੇ ਗੁਰੂ ਦੇ ਸਾਡਾ ਗੁਰੂ ਜੋ ਕਹਿੰਦਾ ਉਹ ਠੀਕ ਹੈ ਸਾਡਾ ਗੁਰੂ ਸਾਡੇ ਗੁਰੂ ਦਾ ਕਹਿਣਾ ਸਹੀ ਹੈ ਕੋਈ ਮਾਪਦੰਡ ਨਹੀਂ ਅਸੀਂ ਕੋਈ ਮਾਪਦੰਡ ਮੰਨਦੇ ਹੀ ਬਸ ਆਪਣੀਆਂ ਭੈਣਾਂ ਨੂੰ ਅਸੀਂ ਬਚਾਉਣਾ ਹੈ ਬਚਾਉਣਾ ਕੀ ਹੈ ਜੇ ਕੋਈ ਕਰੇਗਾ ਤਾਂ ਉਹਨੂੰ ਵੱਢ ਦਿਆਂਗੇ ਦੂਜਿਆਂ ਦੀ ਭੈਣਾਂ ਤੇ ਅਸੀਂ ਬਾਹਾਂ ਫੜਨੀਆਂ ਨੇ ਸਭ ਕਰਨਾ ਤੇ ਕੀ ਕਰਨਾ ਅਸੀਂ ਮਾਂ ਪਿਓ ਨੂੰ ਦੱਸਣ ਚ ਨੀ ਵਿਸ਼ਵਾਸ ਰੱਖਦੇ ਨਾ 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 ਅਸੀਂ ਤੇ ਜਗ੍ਹਾਵਾਂ ਲੱਭਣੇ ਸੇਫ ਕਿਹੜੀਆਂ ਨੇ ਮਿਲਣੇ ਦੀ ਜਗ੍ਹਾ ਕਮਾਦ ਨਾਲੋਂ ਸੇਫ ਨਹੀਂ ਸਾਡੇ ਬਾਈ ਨੇ ਸਿਖਾਇਆ ਸਾਨੂੰ ਤੇਰੇ ਗੁਰੂ ਨੇ ਕੀ ਸਿਖਾਇਆ ਕੀ ਸਿਖਾਇਆ ਕੁਆਰੇ ਪਿਆਰ ਤੋਂ ਮਨਾ ਕੀਤਾ ਤੇਰੇ ਗੁਰੂ ਨੇ ਤੇ ਜ਼ਿੰਦਗੀ ਜੀਵਣੀ ਅਸੀਂ ਕੱਟਣੀ ਨਹੀਂ ਹੈਗੀ ਤੇਰੇ ਜਿਹੜੇ ਤੇਰੇ ਗੁਰੂ ਨੇ ਸਿਖਾਇਆ ਸਾਨੂੰ ਜੋ ਸਾਡਾ ਗੁਰੂ ਸਿਖਾਉਂਦਾ ਸਿਰਫ ਉਹ ਠੀਕ ਹੈ ਨਾ ਦਿਮਾਗ ਚ ਪਾ ਲਓ ਗੱਲਾਂ ਆਪਣੇ ਤੂੰ ਲੱਗ ਜਾ ਇਹਨੂੰ ਲੱਚਰਤਾ
ਸਾਡਾ ਗੁਰੂ ਇੱਕ ਸਿਰਫ ਬੱਬੂ ਮਾਨ ਜੋ ਕਹੇਗਾ ਉਹ ਮੰਨਾਂਗੇ। ਹਾਂ ਮੰਨਿਆ ਕਿ ਕਦੀ ਕਦੀ ਤੇ ਪਾਗਲ ਹੋ ਜਾਂਦਾ, ਉਹ ਪਾਗਲ ਕਹਿ ਰਿਹਾ, ਸੋਰੀ ਮਾਫ ਕਰਨਾ ਬੱਬੂ ਮਾਨ ਜੀ, ਮੈਂ ਤੁਹਾਨੂੰ ਗੁਰੂ ਸਾਹਿਬ ਪਾਗਲ ਕਹਿਤਾ। ਮੰਨਿਆ ਕਿ ਕਦੀ ਕਦੀ ਉਹ ਗਲਤੀ ਕਰ ਦਿੰਦੇ ਨੇ ਕਿ ਉਹ ਇਹੋ ਜਿਹੇ ਗਾਣੇ ਗਾ ਦਿੰਦੇ ਨੇ, ਸਿੰਘ ਮਾਰਦੇ ਠੋਕਰ ਤਖਤਾ ਤਾਜਾਂ ਨੂੰ ਮਿੱਟੀ ਦੇ ਨਾਲ ਮਿੱਟੀ ਹੋਣਾ ਚਾਹੁੰਦਾ ਆ। ਪਰ ਅੱਜ ਉਹ ਬਦਲ ਰਹੇ ਨਾ, ਵੈਸਟਨਾਈਜੇਸ਼ਨ ਆ ਰਹੇ ਨੇ ਉਹ। ਸੋ ਤੈਨੂੰ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ, ਤੂੰ ਇਹ ਪਾਗਲ, ਸਿਰਫ ਪਾਗਲ। ਤੇ ਮੈਂ ਬੇਨਤੀ ਕਰਦਾ ਗੁਰਜੰਟ ਸਿੰਘ ਦੇ ਸਮਰਥਕਾਂ ਨੂੰ, ਬਈ ਮੈਨੂੰ ਮਾਫ਼ ਕਰ ਦੇਣ ਜੇ ਮਾੜੀ ਗੱਲ ਲੱਗੀ ਹੈ। ਤੇ ਬੱਬੂ ਮਾਨ ਬਾਈ ਜਿੰਦਾਬਾਦ, ਬੱਬੂ ਮਾਨ ਬਾਈ ਜਿੰਦਾਬਾਦ।